ਥਾਣਾ ਭਿੱਖੀਗੜ੍ਹ ਦੀ ਪੁਲਿਸ ਵੱਲੋਂ ਜਾਲੀ ਰਜਿਸਟਰੀ ਕਰਨ ਦੇ ਮਾਮਲੇ ਵਿੱਚ ਇੱਕ ਨਾਇਬ ਤਹਿਸੀਲਦਾਰ ਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਹਨਾਂ ਤੇ ਆਰੋਪ ਹੈ ਕਿ ਇਹਨਾਂ ਨੇ ਝੁੱਗੀਆਂ ਪੀਰ ਬਖਸ਼ ਵਾਸੀ ਗੁਰਬੀਰ ਕੌਰ ਨਾਲ ਮਾਲ ਮਹਿਕਮੇ ਦੀ ਮਿਲੀਭੁਗਤ ਕਰਕੇ ਜਾਲੀ ਰਜਿਸਟਰੀ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬਲਬੀਰ ਕੌਰ, ਗੁਰਭੇਜ ਸਿੰਘ ਅਤੇ ਹਰਭੇਜ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਮੁਦਈ ਦੇ ਕਹਿਣ ਤੇ ਜਦੋਂ ਦੁਬਾਰਾ ਜਾਂਚ ਕੀਤੀ ਗਈ ਤਾਂ ਉਸ ਸਮੇਂ ਦੇ ਭਿੱਖੀਵਿੰਡ ਵਿਖੇ ਤੈਨਾਤ ਤਹਿਸੀਲਦਾਰ ਬਖਸ਼ੀਸ਼ ਸਿੰਘ, ਰਜਿਸਟਰੀ ਕਲਰਕ ਬਲਦੇਵ ਸਿੰਘ, ਗੁਰਮੀਤ ਸਿੰਘ ਤੇ ਨਰਿੰਦਰ ਸਿੰਘ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ। FIR ਨੰਬਰ 268/2017 'ਚ ਦਰਜ ਹੋਈ ਸੀ ਇੱਕ ਲੇਡੀਜ਼ ਵੱਲੋਂ ਕਿ ਉਹਦੇ ਨਾਲ ਕੋਈ ਧੋਖਾਧੜੀ ਕਰਕੇ ਪੱਧਰੀ ਪਿੰਡ ਦੀ ਲੇਡੀਜ਼ ਅਤੇ ਉਹਦੇ ਪੁੱਤਰਾਂ ਵੱਲੋਂ ਜਿਹੜੀ ਉਹ ਗਲਤ ਰਜਿਸਟਰੀ ਜਿਹੜੀ ਫੇਕ ਬਣਾ ਕੇ ਉਹ ਪੈਸੇ ਲੈ ਗਏ ਸੀ, ਜਦਕਿ ਉਹ ਜ਼ਮੀਨ ਆਲਰੇਡੀ ਕਿਸੇ ਦਿਨ ਵੇਚ ਚੁੱਕੇ ਸੀਗੇ। ਉਹਦੇ ਵਿੱਚ ਹੁਣ ਦੁਬਾਰਾ ਤੋਂ ਰੀਇਨਕੁਆਇਰੀ ਤੋਂ ਬਾਅਦ ਹੋਰ ਦੋਸ਼ੀ ਨਾਮਜ਼ਦ ਹੋਏ, ਜਿਹਦੇ ਵਿੱਚ ਤਹਿਸੀਲਦਾਰ, ਪਟਵਾਰੀ, ਰਜਿਸਟਰੀ ਕਲਰਕ, ਵਸੀਕਾ ਅਤੇ ਇੱਕ ਸਟੈਨੋ ਨਾਲ, ਇਹਨਾਂ 'ਤੇ ਵੀ ਧਾਰਾਵਾਂ ਦਾ ਵਾਧਾ ਕਰਕੇ 420, 120B, 467, 468, 471 IPC ਦਾ ਦੁਬਾਰਾ ਵਾਧਾ ਜੁਰਮ ਹੋਇਆ, ਜਿਹਦੇ ਤਹਿਤ ਤਹਿਸੀਲਦਾਰ ਸਾਹਿਬ ਅਤੇ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਇਹ ਸਾਰੇ ਮਾਮਲੇ ਦੀ ਘੋਖ ਕੀਤੀ ਜਾਊਗੀ। ਇਹਨਾਂ ਨੇ ਜਿਹੜੀ ਫੇਕ ਕਾਰਵਾਈ ਕੀਤੀ ਹੈ, ਇਹ ਕਿਹਦੇ ਕਹਿਣ 'ਤੇ ਕੀਤੀ ਜਾਂ ਇਹਨਾਂ ਦੀ ਆਪਸ ਵਿੱਚ ਕੀ ਅੰਡਰਸਟੈਂਡਿੰਗ ਸੀ। ਭਿੱਖੀਵਿੰਡ ਤੋਂ ਹਰਵਿੰਦਰ ਭਾਟੀਆ ਦੇ ਨਾਲ ਰਾਜੀਵ ਕੁਮਾਰ, ਖਬਰ ਹਰਪਲ, ਇੰਡੀਆ ਲਈ।